ਸਰਵਾਤਮਕ ਧੰਨਵਾਦ। ਮਜਲਿਸ ਦੀ ਕਬੂਲੀਅਤ ਵਾਸਤੇ ਬੁਲੰਦ ਸਲਵਾਤ ਪੜ੍ਹੋ। ਨਾਰੇ ਤਕਬੀਰ ਅੱਲਾਹ, ਨਾਰੇ ਰਿਸਾਲਤ ਯਾ ਰਸੂਲ, ਨਾਰੇ ਹੈਦਰੀ ਯਾ ਮੌਲਾਏ ਕਾਇਨਾਤ ਮੁਹੰਮਦ ਔਰ ਆਲੇ ਮੁਹੰਮਦ ਦਾ ਸਦਕਾ ਸ਼ਗਿਰਦ ਮੇਰਾ ਬੇਟਾ ਇਮਰਾਨ ਕਾਜ਼ਮੀ ਦੀ ਮਾਲਿਕ ਇਹ ਮਿਹਨਤ ਕਬੂਲ ਫਰਮਾਵੇ। ਮਾਲਿਕ ਨਾਲ ਭਾਈਆਂ ਦੇ ਨਾਲ ਮਾਂ ਪਿਓ ਦੇ ਮਾਲਿਕ ਆਬਾਦ ਰੱਖੇ। ਮਾਲਿਕ ਇਸ ਘਰ ਦੀਆਂ ਜੋ ਵੀ ਪਰੇਸ਼ਾਨੀਆਂ ਤਕਲੀਫਾਂ ਦੂਰ ਫਰਮਾ, ਨੇਕ ਮੁਰਾਦਾਂ ਪੂਰੀਆਂ ਫਰਮਾ, ਰਿਜ਼ਕ ਹਲਾਲ ਰਿਜ਼ਕ ਕਸੀਰ ਅਤਾ ਫਰਮਾ। ਤਮਾਮ ਜ਼ਾਕਰੀ ਨੂੰ ਰਾਮ ਦਾ ਪੜਿਆ ਮੈਂ ਹਕੀਕ ਦੀ ਨੌਕਰੀ ਸਾਈ ਆਪਣੇ ਦਰਬਾਰ ਵਿੱਚ ਕਬੂਲ ਫਰਮਾਵੇ। ਜਿਤਨੇ ਮੁਮਿਨੀਨ ਮੁਮਿਨਾਤ ਇਸ ਮਜਲਿਸ ਦੇ ਵਿੱਚ ਤਸ਼ਰੀਫ ਲਿਆਂਦੇ ਹਨ, ਮਾਲਿਕ ਇਹਨਾਂ ਸਾਰਿਆਂ ਦੀਆਂ ਨੇਕ ਮੁਰਾਦਾਂ ਪੂਰੀਆਂ ਫਰਮਾ। ਇਮਾਮ ਜ਼ਮਾਨਾ ਦਾ ਜਲ ਜ਼ੋਰ ਫਰਮਾ। ਪਾਕਿਸਤਾਨ ਸਲਾਮਤ ਰਹੇ, ਦਹਿਸ਼ਤਗਰਦ ਬਰਬਾਦ ਹੋਵੇ, ਮੋਮਿਨ ਵਸਦੇ ਰਹਿਣ। ਮਾਲਿਕ ਮੁਸਲਮਾਨਾਂ ਨੂੰ ਹੱਕ ਦਾ ਰਾਹ ਵਿਖਾ ਚਾ, ਇਹਨਾਂ ਨੂੰ ਸਿੱਧਾ ਰਸਤਾ ਨਜ਼ਰ ਆਵੇ। ਔਰ ਮੇਰੀ ਇੱਕ ਹੋਰ ਦੁਆ ਹੈ, ਜਿਤਨੇ ਬੇਗੁਨਾਹ ਕੈਦੀ ਹਨ ਮਾਲਿਕ ਰਿਹਾਈ ਦੀ ਖਬਰ ਦੇ, ਅਤੇ ਸਾਡਾ ਭਾਈ ਫੈਸਲ ਰਜ਼ਾ ਹਾਫਦੀ ਸਾਹਿਬ ਮਾਲਿਕ ਉਹਨੂੰ ਰਿਹਾਈ ਦੀ ਖਬਰ ਦੇ ਜਲਦੀ। ਇੱਕ ਸਲਵਾਤ ਪੜ੍ਹੋ ਅਤੇ ਨੌਕਰੀ ਸ਼ੁਰੂ ਕਰੀਏ। أعوذ بالله من الشيطان الرجيم، بسم الله الرحمن الرحيم، بلند صلوات الله وسلام على محمد، الحمد لله الصلاه والسلام على اشرف الانبياء والمرسلين صلوا ਮਾਲਿਕ ਤੁਹਾਨੂੰ ਸਲਾਮਤ ਰੱਖੇ। ਕੁਝ ਜ਼ਾਕਿਰ ਰੋਕ ਦਿੱਤੇ ਨਾ ਸਾਹਿਬ, ਵੀ ਹੁਣ ਇਤਨੀ ਮਜਲਿਸ ਹੋਣੀ ਚਾਹੀਦੀ ਜਿਤਨੀ ਹੋ ਗਈ, ਵੀ ਤੁਸੀਂ ਇੰਨਾ ਥੱਕੋ ਅਤੇ ਅਸਾਂ ਇੰਨਾ ਥੱਕੀਏ। ਸੁਬਹਾ ਤੋਂ ਸ਼ਾਮ ਤਾਈਂ ਹੋਣੀ ਚਾਹੀਦੀ, ਰਾਤੀ ਢੇਰ ਬੰਦੇ ਥੱਕ ਜਾਂਦੇ ਨੇ। ਜਿਹੜੇ ਹੁਣ ਜ਼ਾਕਿਰ ਤੁਰੇ ਹੋਏ ਹਨ, ਉਹਨਾਂ ਨੂੰ ਆਖਿਆ ਵੀ ਹੁਣ ਤੁਸੀਂ ਪੁਰ ਕਰੋ, ਅਸਾਂ ਦੁਆ ਮੰਗਾਈਨੇ ਹਾਂ। ਹਾਲਾਤ ਦੇ ਨਾਲ ਨਾਲ ਚੱਲਣਾ ਚਾਹੀਦਾ। ਬੇਮਿਸਲ ਬੇਮਿਸਾਲ ਅੱਲਾਹ, ਜਿਹਦਾ ਸਾਨੀ ਕੋਈ ਨਹੀਂ, ਸ਼ਰੀਕ ਹੀ ਕੋਈ ਨਹੀਂ। ਏਡਾ ਵੱਡਾ ਖਾਲਿਕ ਏ, ਪਾਕ ਮੁਹੰਮਦ ਨੂੰ ਵੀ ਉਸੇ ਖਲ ਕੀਤਾ ਹੈ, ਮੌਲਾ ਅਲੀ ਨੂੰ ਵੀ ਉਸੇ ਖਲ ਕੀਤਾ। ਔਰ ਅੱਲਾਹ ਨੇ ਇਹ ਕਾਇਨਾਤ ਆਪਣੇ ਮਹਿਬੂਬ ਵਾਸਤੇ ਬਣਾਈ ਹੈ ਅਤੇ ਆਖਿਆ ਮੇਰਾ ਮਹਿਬੂਬ ਅਗਰ ਮੈਂ ਤੈਨੂੰ ਨਾ ਬਣਾਈਦਾ ਤਾਂ ਕਾ ਸ਼ਹਿ ਨਹੀਂ ਬਣਾਉਣੀ। ਅਰਮਾਨ ਹੈ ਜੋ ਪਾਕ ਮੁਹੰਮਦ ਨੂੰ ਮੰਨਣ ਦਾ ਬੰਦੇ ਨੂੰ ਵੱਲ ਨਹੀਂ ਆਇਆ। ਅਸਾਂ ਬੜੀ ਮੁਦਤ ਤੋਂ ਆਖ ਰਹੇ ਹਾਂ ਵੀ ਪਾਕ ਰਸੂਲ ਦੇ ਦੌਰੇ 'ਚ ਬੰਦੇ ਐਸੇ ਹਨ ਜਿਨ੍ਹਾਂ ਨਬੀ ਨੂੰ ਨਹੀਂ ਮੰਨਿਆ ਅਤੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ। ਉਹ ਸੁਚੇਂਦੇ ਉਹ ਕਦੀ ਸਾਡੇ ਨਾਲ ਰਲ ਕੇ ਬਹੁਤ ਸਹੀ, ਸਾਡੇ ਕੋਲ ਹਕੀਕਤ ਸੁਣ ਤਾਂ ਸਹੀ। ਅਸਾਂ ਇਤਨੇ ਆਸ਼ਿਕ ਹੈ ਪਾਕ ਮੁਹੰਮਦ ਦੇ, ਜੋ ਇਸ ਘਰਾਨੇ ਨਾਲ ਕੋਈ ਹੈਵਾਨ ਹੀ ਵਫਾ ਚ ਕਰੇ ਤਾਂ ਅਸਾਂ ਉਹਦੀ ਛਬੀ ਬਣਾ ਕੇ ਕਦਮ ਚੁੰਮ ਲੈਂਦੇ। ਬੰਦਿਆਂ ਨੂੰ ਸਮਝ ਨਹੀਂ ਪਈ ਆਉਂਦੀ ਬਈ ਨਬੀ ਨੂੰ ਮੰਨਣਾ ਕਿਵੇਂ।
ਇਹ ਆਪਣੇ ਦਿਮਾਗ ਦਾ ਇਲਾਜ ਕਰਾਏ ਮੁੜ ਲਾ ਤੂੰ ਇਹਨਾਂ ਦੇ ਨਾਲ ਦੁੱਖ ਹੋ ਗਿਆ ਜਿਹਨੂੰ ਸਿਰਫ ਅਸਾਂ ਸ਼ੀਆ ਜਾਣਨੇ ਆ ਹੋਰ ਬੰਦਾ ਜਾਣਦਾ ਹੀ ਕੋਈ ਨਹੀਂ ਉਹ ਥਰਾ ਥਰਾ ਕੇ ਮਜਲਸਾ ਸੁਣੀਆਂ ਕਰ ਜਾਂ ਜ਼ਾਕਰ ਮੌਲਵੀ ਸ਼ੀਆਂ ਦੇ ਕੋਲ ਵੱਖਰਾ ਪੁੱਛਿਆ ਇਹ ਗੱਲ ਕਿਵੇਂ ਮੁੜ ਦਿਲ ਮੰਨੀ ਤਾਂ ਅਮਲ ਕਰ ਲੈ ਨਾ ਮੰਨੀ ਤਾਂ ਝਟਕੇ ਦਾ ਪਾ ਦੇਈ ਤੂੰ ਜਿੱਥੇ ਹੀ ਵਧਾ ਸਾ ਦੁਆ ਪੈ ਕਰੇਨੇ ਇਨਸ਼ਾਅੱਲਾ ਜਿਹਨਾਂ ਨੂੰ ਮੰਨੇ ਉਹਨਾਂ ਦੇ ਨਾਲ ਵੰਨੇ ਜਿਹੜਾ ਤੈਨੂੰ ਬਹੁਤ ਪਿਆਰਾ ਲੱਗਦਾ ਏ ਚੱਲ ਉਸੇ ਦੇ ਨਾਲ ਵੰਨੇ ਓਏ ਨਬੀ ਨੂੰ ਇੰਜ ਨਹੀਂ ਮੰਨੀਦਾ ਜਿਵੇਂ ਤੂੰ ਮੰਨੀ ਖਲੋਤਾ ਕਦੀ ਤੂੰ ਆਨਾ ਅਨਪੜ੍ਹ ਆਈ ਕਦੀ ਆਨਾ 40 ਸਾਲਾਂ ਤੋਂ ਬਾਅਦ ਨਬੀ ਬਣਿਆ ਕਦੀ ਆਨਾ ਭੁੱਲ ਭੁੱਲ ਇਹ ਸਾਰੀ ਤੋਹੀਨ ਏ ਰਿਸਾਲਤ ਏ ਕਦੀ ਤਰ੍ਹਾਂ ਤਰ੍ਹਾਂ ਆਪਰੇਸ਼ਨ ਕਰਾਈ ਖਲੋਤਾ ਵੱਡੀ ਤੋਹੀਨ ਏ ਰਿਸਾਲਤ ਇਹ ਜਿਹੜਾ ਤੂੰ ਆਨੇ ਕਿ ਨਬੀ ਨੇ ਇਲਾਨ ਨਬੂਤ ਤੋਂ ਪਹਿਲੇ ਰਿਸ਼ਤੇ ਮੁਸ਼ਰਕ ਬੰਦਿਆਂ ਨਾਲ ਕੀਤੇ ਹਯਾ ਕਰ ਸੈਦਾਂ ਨੂੰ ਪੁੰਡਾ ਰਹਿੰਦੇ ਅਸਾਂ ਚੁੱਪ ਹੈ ਇਮਾਮ ਜ਼ਮਾਨਾ ਦੇ ਆਵਣ ਤਾਈਂ ਵਰਨਾ ਤੂੰ ਸਾਨੂੰ ਗਾਲੀ ਦਿੰਦਾ ਰਹਿੰਦਾ ਮੰਨਣਾ ਕਿਵੇਂ ਆ ਮੇਰੇ ਕੋਲ ਸੁਣ ਇਹ ਜਿਹੜਾ ਸਾਡਾ ਨਬੀ ਹੈ ਪਾਕ ਮੁਹੰਮਦ ਇਹ ਸਾਰਿਆਂ ਨਬੀਆਂ ਦਾ ਸੁਲਤਾਨ ਹੈ ਇਹਦੇ ਪਸੀਨੇ ਦੇ ਕਤਰੇ ਦੇ ਵਿੱਚੋਂ ਨਬੀ ਬਣਦੇ ਨੇ ਇਹ 40 ਸਾਲਾਂ ਤੋਂ ਬਾਅਦ ਨਬੀ ਨਹੀਂ ਬਣਿਆ ਇਹ ਬੰਦੇ ਆਖ ਰਹੇ ਨੇ ਮੇਰੇ ਨਬੀ ਨੇ ਫਰਮਾਇਆ ਕੌਣ ਤੋਂ ਨਬੀਨ ਆਦਮ ਬੈਨ ਅਲ ਮਾਇ ਵਤੀ ਨਜ ਆਦਮ ਦੀ ਮਿੱਟੀ ਮਿੱਟੀ ਹੈ ਚਾਹੀ ਪਾਣੀ ਪਾਣੀ ਹੈ ਚਾਹੀ ਮੈਂ ਨਬੀ ਥਾ ਅਸਾਂ ਇਹਨੂੰ ਮੰਨਦੇ ਹੋ ਅਸਾਂ ਪਾਕ ਮੁਹੰਮਦ ਨੂੰ ਨੂਰ ਮੰਨਦੇ ਕਿਉਂਕਿ ਸਰਕਾਰ ਨੇ ਫਰਮਾਇਆ ਅੱਲਾ ਦੀ ਮਰਜ਼ੀ ਨਾਲ ਬੋਲਦੇ ਨਾ ਸਰਕਾਰ ਨੇ ਫਰਮਾਇਆ ਅਵਲ ਮਾ ਖਲਕ ਅੱਲਾ ਨੂਰੀ ਸਭ ਤੋਂ ਪਹਿਲੇ ਅੱਲਾ ਨੇ ਮੈਂ ਮੁਹੰਮਦ ਦੇ ਨੂਰ ਨੂੰ ਬਣਾਇਆ ਅਸਾਂ ਨੂਰ ਮੰਨਦੇ ਅੱਲਾ ਆਖਿਆ ਜੋ ਮੇਰਾ ਨਬੀ ਆਖੇ ਮੰਨੋ ਜਿਦੂ ਰੋਕੇ ਰੁਕੋ ਨਬੀ ਤਾਂ ਆਖਿਆ ਮਨ ਕੁਣ ਤੋਂ ਮੌਲਾ ਹੋ ਸਹਾਜ਼ਾ ਅਲੀ ਜੁਨ ਮੌਲਾ ਜਿਸ ਦਾ ਮੈਂ ਮੌਲਾ ਉਸ ਦਾ ਅਲੀ ਮੌਲਾ ਜਿਹਦਾ ਮੈਂ ਆਕਾ ਉਹਦਾ ਅਲੀ ਆਕਾ ਜਿਹਦਾ ਮੈਂ ਸਰਦਾਰ ਉਹਦਾ ਅਲੀ ਸਰਦਾਰ ਮੰਨਦਾ ਆਪ ਨੂੰ ਕੁਫਰ ਦੇ ਫਤਵੇ ਸਾਡੇ ਤੇ ਲੈਣੇ ਅਸਾਂ ਤਾਂ ਜਿਵੇਂ ਨਬੀ ਆਖਿਆ ਉਹਨੇ ਮੰਨਿਆ ਕਿਉਂਕਿ ਸਰਕਾਰ ਨੇ ਫਰਮਾਇਆ ਅਗਰ ਸਾਰੀ ਦੁਨੀਆ ਮੇਰੇ ਭਰਾ ਅਲੀ ਨੂੰ ਮੰਨਵੈਂਦੀ ਅੱਲਾ ਜਹੰਨਮ ਨੂੰ ਬਣਾਉਣਾ ਹੀ ਕੋਈ ਨਹੀਂ ਅਸਾਂ ਸਾਰੇ ਮੰਨਦੇ ਹਾਂ ਹੁਣ ਤਾਂ ਮੌਲਾ ਦਾ ਮਾਨਾ ਹੀ ਹੋ ਗਿਆ ਤਾਰਕ ਜਮੀਲ ਕਰ ਦਿੱਤੇ ਅੱਗੇ ਜਿਹੜੇ ਬੰਦੇ ਮੌਲਾ ਦਾ ਮਾਨਾ ਕਰਦੇ ਹਨ ਨਾ ਬੇਲੀ ਤੇ ਦੋਸਤ ਹੁਣ ਉਹਨਾਂ ਨੂੰ ਦੱਸ ਦਿੱਤੇ ਮਾਲਿਕ ਤਾਰਕ ਜਮੀਲ ਦੇ ਹੋਰ ਦਰੀਚੇ ਖੋਲ ਦੇ ਹੋਰ ਖੋਲ ਦੇ ਉਸ ਦੱਸੇ ਹੁਣ ਢੇਰ ਸਾਰੇ ਸੁੰਨੀ ਭਰਾ ਸਾਡੇ ਨਾਲ ਆ ਗਏ ਕੌਣ ਖਾ ਮਖਾ ਜਹੰਨਮ ਵੰਜਣਾ ਚਾਹੁੰਦੇ ਇਹ ਬੰਦਿਆਂ ਧੋਖਾ ਕੀਤਾ ਹੋਈ ਹੁਣ ਰੋਸ਼ਨੀ ਦਾ ਦੌਰ ਹੈ ਉਹਨਾਂ ਆਖੇ ਹੁਣ ਸਾਨੂੰ ਪਤਾ ਲੱਗ ਗਿਆ ਹੱਕ ਅਲੀ ਨਾਲ ਹੈ ਅਲੀ ਹੱਕ ਨਾਲ ਹੈ ਹੁਣ ਉਹਨਾਂ ਆਖੇ ਜਿਹੜਾ ਜਿਹੜਾ ਅਲੀ ਨਾਲ ਲੜਿਆ ਉਹ ਖਤਾ ਤੇ ਸਿਰਫ ਉਹਨਾਂ ਦੀ ਤੇ ਸਾਡੀ ਕਾਬਲ ਚ ਫਰਕ ਹੈ ਜਿਹੜਾ ਨਬੀ ਨਾਲ ਜੇ ਉਹਦੇ ਵਸੀ ਨਾਲ ਜੇ ਉਹਦੀ ਅਹਿਲ ਬੈਤ ਨਾਲ ਲੜੇ ਅਸਾਂ ਉਹਦੇ ਨਾਲ ਵੇਰ ਬਹਿੰਦੇ ਹਾਂ ਸਾਨੂੰ ਉਹ ਚੰਗਾ ਨਹੀਂ ਲੱਗਦਾ ਬੰਦੇ ਗੁਜ਼ਾਰਾ ਪੈ ਕਰਦੇ ਨੇ ਇਹ ਉਹਨਾਂ ਦਾ ਮਸਲਾ ਹੈ ਮੁਖਾਲਿਫ ਉਹ ਹਨ ਹੱਕ ਵਾਕਈ ਅਲੀ ਨਾਲ ਇਹ ਉਹਨਾਂ ਮੰਨੇ ਤੇ ਉਹ ਜਾਣੇ ਇਹ ਵੀ ਰਜ਼ੀ ਅੱਲਾ ਤੇ ਉਹ ਵੀ ਰਜ਼ੀ ਅੱਲਾ ਹਯਾ ਕਰ ਯਾਰ ਇੱਕ ਪਾਸੇ ਲੰਘਾ ਦੂ ਬੇੜੀਆਂ ਤੇ ਲੱਤ ਚੰਗੀ ਨਹੀਂ ਆਉਂਦੀ ਬੰਦਾ ਬੁੱਢ ਵੈਂਦਾ ਹੀ ਜੇ ਪਾਕ ਮੁਹੰਮਦ ਦਾ ਘਰਾਨਾ ਚੰਗਾ ਲੱਗਦਾ ਹੀ ਇਹਦੇ ਲੱਗਾ ਜੇ ਦੂਏ ਚੰਗੇ ਲੱਗਦੇ ਨੇ ਤਾਂ ਉਹਦੇ ਲੱਗ ਵੰਨ ਦੀਨ ਜਦੋਂ ਜ਼ਬਰ ਹੀ ਕੋਈ ਨਹੀਂ ਪਾਕ ਰਸੂਲ ਆਖਿਆ ਮੈਂ ਜੋ ਚੀਜ਼ਾਂ ਛੋੜੀ ਵੈਨਾ ਕੁਰਾਨ ਔਰ ਅਹਿਲ ਬੈਤ ਦੁਆਂ ਦਾ ਦਾਮਨ ਨਾ ਪੇਸੋ ਤੇ ਮੇਰੇ ਤਾਈਂ ਆ ਵੈਸੋ ਹੁਣ ਤਾਂ ਸਾਰੀਆਂ ਰਾਜ਼ ਗੱਲਾਂ ਖੁੱਲ ਗਈਆਂ ਹੁਣ ਤਾਂ ਬੰਦਿਆਂ ਨੂੰ ਪਤਾ ਲੱਗ ਗਿਆ ਨਬੀ ਕਾਗਜ਼ ਕਲਮ ਮੰਗਿਆ ਹੀ ਤੇ ਉਹਨਾਂ ਨਹੀਂ ਦਿੱਤਾ ਹੁਣ ਤਾਂ ਦੱਸੇਂਦੇ ਬੈਠੇ ਜਿਹਨਾਂ ਨਹੀਂ ਦਿੱਤਾ ਉਹਨਾਂ ਚੰਗਾ ਨਹੀਂ ਕੀਤਾ
دسیندے بیٹھیں میرے کل بہت ساری ویڈیو میں محفوظ کر لینا چونکہ آج کل میں سنیا مولویاں دے تقریران پڑھدا بدا میں بڑے چنگے پہ لگ دیں کمال کیتا انہاں چونکہ روشنی دا دور آ گیا ہے آج نہیں تک کل سارے علی علی کہن گے اسا پاک رسول نو ان پڑھ نہیں من دے علم دا شہر من دے دروازہ علی ہن جن حدیث ودھائیے انہاں دے وچوں بندے اٹھن انہاں کہ اچھا بنیاداں جو بنائیاں نے اے تے دیواراں اے تے چھت اے تے دروازہ علی نبی کدے گیا یہ سنیا نو سنیا کیا حدیث ہے بھی یہ کچھ میں علم دا شہر تے دروازہ علی ایک کوٹھے دے پرنالے تے چھتا ہوندے شہر دے نہیں ہوندے کوئی تے انصاف علی آگے اچھا اسا پاک رسول نو علم دا شہر من دے ایڈا وڈا شہر من دے دروازہ علی من دے جی ہاں اسا 40 سال تو بعد بنانا لا نہیں من دے ایک دیوار ایک عیسائی مسلمان نو ڈھائی بیٹھو ہوئے تو آڈا جمعہ تے چیندہ ہی کوئی نہیں تو سا ناتا بنائی ودے ہو عیسائی بیٹھا کے جے نو کسے نہ چاہیا او نو چاہی وئی نہیں ہاں چاہنا آم نا دا ڈاچی تے چڑھائی نے پڑھ دے او دا کیا میرا مسجد دے نال گھر ہے مولوی میں نو ڈھان نہیں دیندا اذان تو اگے پیچھے کان تے ہاتھ رکھی کھلوتا ہے جے نو کسے نہ چاہیا او نو چاہی وئی نہیں او دا کیا تو شرم کرو اے تعریف ہے اے ساڑے نہ کولا اسا نبی نو کیویں من دے کوئی اپریشن نہیں ساڑے نبی دا جو بولدا ہے اللہ دی مرضی نال بولدا ہے نہیں بھول سکدا تو بخاری وچ لکھ رکھیا جو بھول بھول ویندا ہے منہ ایں نہ لکھ دے اسا جتنا فضائل پڑھیے مولا علی دا او علی سورج بلا دتا مردے زندہ کر دیتے ایڈی وڈی گل کائے نہیں اے تے سائیاں دے نوکری کر لیں گے اسا جتنا علی علی کریے سردار علی دا پاک محمد ہے تے نبی نو چھوٹا کیتا جو تے نو علی وڈا نظر آندا ہے میرے سنی بھرا ہن میرے سجے کھبن جوڑا نو انہاں دسے جو پاک رسول تو پیچھے سانو بندے جڑے رل ویندے ہیں نا بھائی سارے داڑیاں رکھ لئی پگاں بن لئی تے چولا ہی مسلمان والا کمیز وہی پا لیا پتہ نہ ہی لگدا ہن وچ اپنا کیڑا ہے پرایا کیڑا ہے نبی سانو دس گئے جدو اے شک پوے بس تسا میرے بھرا علی دا ذکر شروع کر دینا ہے جن دا چہرہ وٹی ونجے باہ چو نپ کے آخنا پرا مر جن دا چہرہ کھڑ ونجے اے زاکری میں نو سب نلو زیادہ آن دی بھائی انجے منٹ چاہ کہتے آ ہو گیا لیکن میں کی کرا ہون میں بزرگ ہو گیا سیدی ہو ہم میں دو چار گلنا کر وینا چونکہ میری گلا ہر مذہب سن دے تے میرے ہر قسم دے لوگ جڑے نو میرے نال پیار کر دین بھاوے کوئی شیعہ ہے بھاوے کوئی سنی ہے بھاوے کوئی وہابی میں کہیں نو آکھنا کچھ نہیں ہوندا صرف حق دسے نا جی بسم اللہ بسم اللہ سید بسم اللہ مالک زندگی دراز فرماوے مننی ہے نبی دی اوے انہاں کائیں نو مننی میں ثبوت دینا پاک رسول ایک بندے نو بھجایا شہر تو باہر وقت ایک بندہ آیا اس گوڑی نالی بہایا تے دھی دا رشتہ ہی تے دیتا تقریر میرے کل موجود ہے سنی عالم پڑھن والے صرف رشتہ نہیں او جڑا نبی دی دھی نو حق نہ دیتا او ہی دے چھوڑے اللہ کچھ پڑھتا سہی مرتا سہی کون چاہتا جو میں جہنم بن جا قرآن دی قسم ہے
ਹਰ ਬੰਦੇ ਨੂੰ ਸੁਣ ਤੇ ਸਮਝ, ਆਪਣਾ ਤੂੰ ਜ਼ਿਹਨ ਨੂੰ ਜਗਾ, ਹੱਕ ਕਿਹੜੇ ਪਾਸੇ। ਕੁਰਾਨ ਦੀ ਕਸਮ, ਯੋਸ਼ੀਆਂ ਤੇ ਭਾਵੇਂ ਸੁਣੀਏ ਤੇ ਜਿਹੜਾ ਹੀ ਹੈ, ਨਬੀਆਂ ਦੇ ਸੁਲਤਾਨ ਫਰਮਾਇਆ ਹੱਕ ਅਲੀ ਨਾਲ ਹੈ, ਅਲੀ ਹੱਕ ਨਾਲ, ਕੁਰਾਨ ਅਲੀ ਨਾਲ ਹੈ, ਅਲੀ ਕੁਰਾਨ ਨਾਲ ਹੈ। ਕਦੀ ਸੋਚੇ ਹੀ ਹਦੀਸ ਦੀ ਰੂਹ ਨਾਲ ਅਲੀ ਕਿਆ ਹੈ ਔਰ ਕੁਰਾਨ ਕਿਆ ਹੈ, ਤੂੰ ਬੰਦੇ ਮੁਕਾਬਲੇ ਚ ਲਾਇਆ ਨਾ, ਮੌਲਾ ਅਲੀ ਦੇ ਮੁਕਾਬਲੇ ਚ ਕੁਰਾਨ ਲਾਇਆ। ਇੰਜ ਇੱਕ ਪਾਸੇ ਕੁਰਾਨ ਪਿਓ ਹੋਵੇ, ਇੱਕ ਪਾਸੇ ਨਾਮ ਅਲੀ ਪਿਓ ਹੋਵੇ, ਤੂੰ ਸਾਰਾ ਦੇ ਕੁਰਾਨ ਕੁਰਾਨ ਆਖੀ ਰੱਖ, ਤੈਨੂੰ ਸਵਾਬ ਕੋਈ ਨਹੀਂ ਹੋਣਾ। ਤੂੰ ਸਾਰਾ ਦੇ ਅਲੀ ਅਲੀ ਕਰ, ਸਵਾਬ ਨਾ ਮਿਲੇ ਤਾਂ ਮੇਰਾ ਗਿਰਬਾਨ ਨਾ ਪਲੇ। ਕੁਰਾਨ ਨੂੰ ਪੜ੍ਹਨਾ ਪਉਸੀ, ਸਵਾਬ ਹੋਸੀ। ਅਲੀ ਮੌਲਾ ਦਾ ਸਿਰਫ ਇੱਕ ਵਾਰੀ ਨਾਰਾ ਮਾਰ, ਅਲੀ ਅਲੀ ਅਲੀ, ਉਹ ਅਲੀ ਅਲੀ ਕਰਕੇ ਬੰਦੇ ਸਮੁੰਦਰ ਪਰਾਂ ਲੰਘ ਵੈਂਦੇ ਨੇ, ਅਲੀ ਅਲੀ ਕਰਕੇ ਬੰਦੇ ਸੂਰਜ ਤਲੇ ਛਿੱਕ ਲੈਂਦੇ ਨੇ, ਬੋਟੀ ਬੁਣਨੀ ਤਲੇ ਲਾਓ, ਅਲੀ ਅਲੀ ਕਰਕੇ ਬੰਦੇ ਮਰਦੇ ਡਿੱਠੇ ਨੇ ਤੇ ਵੱਧ ਉਠੀਂਦੇ ਡਿੱਠੇ ਨੇ। ਬਹਿਲੋਲ ਅਲੀ ਅਲੀ ਕਰਕੇ ਮਰ ਗਿਆ। ਹਾਰੂਨ ਆਖੇ ਆਪਣੇ ਘਰ ਮਰਿਆ, ਕੋਈ ਮੌਤ ਹੱਥ ਚ ਲਈ ਵਧੇ, ਹਕੀਮ ਸਾਰੇ ਪਿਆ ਦਿਨ ਪੁਰਬਾਸ਼ ਹੋ ਗਏ, ਆਪਣੇ ਘਰ ਮਰਿਆ, ਮੇਰੇ ਬੂਹੇ ਤੇ ਮਰ ਗਿਆ। ਉਹ ਉੱਠੀ ਬੈਠਾ ਹੋ ਸਕਿਆ, ਤੇਰੇ ਮਰਨ ਬੂਹੇ ਤੇ ਮਰਨ ਦੀ ਲੋੜ ਹੀ ਕਾਹੀ ਨਹੀਂ, ਚਬਲ ਨਹੀਂ ਤਾਂ ਇਹ ਕੰਮ ਸੈਦਾਂ ਦੇ ਨੌਕਰ ਹੀ ਕਰਦੇ ਨੇ। ਗਦੀਰ ਮੈਂ ਪੜ੍ਹਾ ਨਾ, ਏਡੀ ਵੱਡੀ ਗੱਲ ਕਾਹੀ ਨਹੀਂ। ਮੈਂ ਸੈਯਦ ਗੁਲਾਮ ਅਬਾਦ ਸ਼ਾਹ ਬੋੜੀਵਾਲ ਦਾ ਸ਼ਾਗਿਰਦ ਹਾਂ, ਅਤੇ ਇੱਕ ਬੰਦਾ ਉਸਤਾਦ ਔਰ ਤੋਂ ਪਹਿਲੇ ਪਿਆ ਪੜ੍ਹੇ ਮਿਹਰਾਜ, ਅਤੇ ਬੰਦੇ ਉੱਚੀ ਉੱਚੀ ਕਿਨਾਰੇ ਲਾਏ, ਓ ਅਲੀ 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 ਪਾਕ ਮੁਹੰਮਦ ਮਿਹਰਾਜ 'ਤੇ ਗਏ, ਮਿਹਰਾਜ 'ਤੇ ਗਏ। ਉੱਤੋਂ ਉਸਤਾਦ ਔਰ ਆਏ, ਉਹਨਾਂ ਆਖਿਆ ਤੁਹਾਡੀ ਮੈਨੂੰ ਸਮਝ ਨਹੀਂ ਲੱਗਦੀ ਪਈ, ਬਈ ਮੈਂ ਜੋ ਘਰ ਆ ਵੰਜਾ ਆਪਣੇ, ਅਤੇ ਅੱਗੋਂ ਬੰਦੇ ਨਾਰੇ ਮਾਰਨ ਲੱਗ ਪੈਂਦੇ, ਇਹ ਕੋਈ ਚੰਗੀ ਗੱਲ ਹੈ? ਗੁਲਾਮ ਬਾਦਸ਼ਾਹ ਆਪਣੇ ਘਰ ਆ ਗਿਆ, ਨਾਰੋ ਹੈਦਰੀ, ਗੁਲਾਮ ਬਾਦਸ਼ਾਹ ਘਰ ਆ ਗਿਆ। ਉਹਨਾਂ ਕਿ ਇਹ ਕਈ ਏਡੀ ਵੱਡੀ ਗੱਲ ਹੈ ਜੋ ਨਬੀ ਆਪਣੇ ਘਰ ਲਗਾ ਗਿਆ ਮਿਹਰਾਜ ਤੇ, ਜਲੀਂਦੇ ਹੀ ਨੇ ਪਏ। ਮੈਂ ਗਦੀਰ ਪੜ੍ਹਾ ਨਾ, ਦੱਬਾ ਨੇ ਆਖਣਾ ਸੈਯਦੀ ਆਈ ਤੇ ਸ਼ੀਆ ਹੀ ਆਈ। ਜਦੋਂ ਸੁਣੀ ਗਦੀਰ ਪੜ੍ਹਦੇ ਨਾ, ਇੱਥੇ ਮੇਰਾ ਕਲਿਆ ਹੋ ਵੈਂਦੀ। ਸੱਤ ਅੱਠ ਐਸੇ ਮੌਲਵੀ ਹਨ ਜਿਹੜੇ ਮੈਂ ਉਹ ਕੰਟਰੋਲ ਕੀਤੇ ਹੋਣ, ਮੇਰੇ ਕੋਲ ਸੇਵ ਹੈ ਉਹਨਾਂ ਦੀ ਵੀਡੀਓ ਵੀ, ਤਕਰੀਰ ਹੀ ਸਾਰੀ, ਦੁਆਈ ਮੈਂ ਪੈ ਕਰੇ ਨਾ। ਉਹਨਾਂ ਆਖਿਆ ਇਦੋ ਸਵਾ ਲੱਖ ਹਾਜੀ ਤੇ ਸਹਾਬੀ ਪਾਕ ਮੁਹੰਮਦ ਦੇ ਨਾਲ ਆਈ ਤੇ ਖੁਮ ਗਦੀਰ ਤੇ ਨਬੀ ਪੁੱਛਿਆ ਮੈਨੂੰ ਮੌਲਾ ਮੰਨਦੇ ਹੋ? ਉਹਨਾਂ ਆਖਿਆ ਜੀ ਮੰਨਦੇ। ਫਰਮਾਇਆ ਮੈਂ ਸਿਰਫ ਤੁਹਾਡਾ ਨਹੀਂ, ਮੈਂ ਸਾਰਿਆਂ ਦਾ ਮੌਲਾ, ਸਾਰਿਆਂ ਸਾਰੇ ਨਬੀ ਵਿੱਚੇ ਆਉਂਦੇ ਨੇ। ਸਰਕਾਰ ਨੇ ਫਰਮਾਇਆ ਮੈਂ ਤੁਹਾਡੀ ਜਾਨਾਂ ਦਾ ਹੀ ਮੌਲਾ। ਉਹਨਾਂ ਆਖਿਆ ਜੀ ਬਿਲਕੁਲ, ਤੁਸੀਂ ਸਾਡੀ ਜਾਨਾਂ ਦੇ ਵੀ ਮੌਲੋ। ਫਿਰ ਫਿਰਾਦ ਅਬਾਦ ਉਹਨਾਂ ਆਪਕੇ ਆਖਿਆ ਮਨ ਕੁਣ ਤੋਂ ਮੌਲਾ ਹੋ ਫਹਾਜ਼ਾ ਅਲੀਯੁਨ ਮੌਲਾ। ਤੇ ਇੱਕ ਸੁੰਨੀ ਫਿਰਾ ਆਇਆ ਦੇ, ਉਸ ਆਖਿਆ ਆਖਰੀ ਵਈ ਇਥਾਈ ਆਈਏ ਅਲੀਯੁਨ ਵਲੀਉੱਲਾ ਦੇ ਐਲਾਨ ਤੋਂ ਬਾਅਦ। ਅੱਲਾ ਆਖਿਆ ਅਲ ਜਾਮਾ ਅਕਮਲ ਤੋਂ ਲਕੁਮ ਦੀਨ। ਅੱਜ ਦੇ ਦਿਨ ਦੀਨ ਮੁਕੰਮਲ ਹੋਏ ਅਲੀਯੁਨ ਵਲੀਉੱਲਾ ਨਾਲ, ਦੀਨ ਮੁਕੰਮਲ ਹੋਏ। ਭੁੱਲੀ ਨਹੀਂ, ਅਲੀ ਦੇ ਦੁਸ਼ਮਣ ਨੂੰ ਨਾ ਅੱਲਾ ਦੇ ਘਰ ਮਾਫੀ ਆਈ ਤੇ ਨਾ ਨਬੀ ਦੇ ਘਰ ਮਾਫੀ, ਉਹ ਰਗੜ ਦਿੰਦੇ ਨਹੀਂ। ਮੈਂ ਜਦੋਂ ਗਿਆ ਨਾ ਅੱਲਾ ਦੇ ਘਰ, ਮੈਂ ਇਹ ਰਾਮ ਵੀ ਥੂੰ ਬੱਧਿਆ ਖੁਮ ਗਦੀਰ ਤੋਂ, ਮੈਨੂੰ ਮਨਸਾ ਦਿਸਣ ਲੱਗ ਪੈਂਦਾ ਹੈ। ਇੰਝ ਪਹਾੜੀਆਂ ਤੋਂ ਉੱਠ ਲਾਉਂਦੇ ਪੈਣ, ਨਬੀਆਂ ਦਾ ਸੁਲਤਾਨ ਨਾਲ ਹੈ, ਇਦੂ ਫਰਿਸ਼ਤਾ ਪਤਾ ਨਹੀਂ ਕਿਹੜੇ ਪਾਸੋਂ ਆਇਆ, ਅੱਲਾ ਨੂੰ ਪਤਾ ਕਿਦੋਂ ਭੇਜਦਾ ਹੀ। ਤੇ ਅੱਲਾ ਨੇ ਆਪਣੇ ਮਹਿਬੂਬ ਨਾਲ ਗੱਲ ਕੀਤੀ ਜਬਰੀਲ ਨੂੰ ਭੇਜ ਕੇ, ਉਸ ਆ ਪੈਗਾਮ ਦਿੱਤਾ ਅੱਲਾ ਪਿਆ ਦਈਏ ਸਵਾਰੀਆਂ ਰੁਕਾ ਲੈ ਤੇ ਸਵਾਰਾਂ ਨੂੰ ਲਾ ਲੈ, ਇਹ ਸਵਾਰੀਆਂ ਰੁਕਾ ਲੈ ਤੇ ਸਵਾਰਾਂ ਨੂੰ ਲਾ ਲੈ, ਇਹ ਸਵਾਰੀਆਂ ਥੋੜਾ ਵਧਾਵੀ ਮੈਂ ਕਲ, ਇਹ ਸਵਾਰਾਂ ਨੂੰ ਲਾ ਲੈ, ਇਹ ਸਵਾਰੀਆਂ ਰੁਕਾ ਲੈ ਤੇ ਸਵਾਰਾਂ ਨੂੰ ਲਾ ਲੈ, ਇਹ ਸਵਾਰੀਆਂ ਰੁਕਾ ਲੈ ਤੇ ਸਵਾਰਾਂ ਨੂੰ ਲਾ ਲੈ। ਸੁਣੀ ਭਾਈ, ਸਵਾਰਾਂ ਨੂੰ ਲਾ ਲੈ, ਇਹ ਸਵਾਰਾਂ ਨੂੰ ਲਾ ਲੈ,
बिस्मिल्लाह सुनी भाई ते सवार नोला सारे हाजी ते साहबी एक जगह ते बुला ले सारे हाजी ते साहबी एक जगह ते बुला ले तेरे पैर तल मिंबर पलान होवेगा ओ तेरे पैर तल मिंबर पलान होवे ओ उठे मेरे खलीफे दा ऐलान होवेगा खलीफे दा ऐलान होवेगा सुनी वीरों हयाला खैरुल अमल हयाला खैरुल अमल वाहवा वाहवा आबादरो वाह वाह जिंदगिया ए भाई जान ए किबला खलीफा अल्लाह बनाईंदे बंदिया दी जरूरत ही नहीं असा बनाइए तो निवाज शरीफ बनदा है जरदारी बनदा है इमरान खान बन वेंदा है अल्लाह बनाए ओ खलीफा होंदा है अल्लाह दे बनाए ओनु जड़ा सजदा न करे ओ शैतान हो वेंदा है वाह वाह पहला पहला खलीफा अल्लाह बनाया इन्नी जाहिल उन फिल अर्ज खलीफा वाह वाह तू तो मेरे नेड़े बैठा हूं तो मैं उदे वे धरे सोना चलदा पैसे भी करते वाह वाह तवज्जो करें भाई ला अली वाह वाह ए मलंग दिखे ने ए सवेरे सवेरे सियालकोट आई हूं मैं इथे वेदा पा क्या बात तेरिया जिंदगी हूं मैं तेन नजर च रख ले तू वाकई मलंग है मैं अजे कदे तगड़े नु नहीं मनेंदा तवज्जो करें ये वाकई मलंग है साईं दा मलंग कई इन्नी होंदे ने अच्छा ही ने बंदा तवज्जो करे आए शेर सुनाना चाहना उत्ते मेरे खलीफे दा ऐलान होवेगा अल्लाह क्या मेरा खलीफे दा ऐलान कर अगर तै न कीता तै मेरी रिसालत दा कोई काम ही नहीं कीता हर शायद अगे हो चुकी है ला इला इल्ला मुहम्मद रसूलुल्लाह कुरान पढ़ींदा पिया नमाज रोजे हज जिहाद सब मौजूद है दीन मुकम्मल हौसले हो जो अली उन वलीउल्लाह दा ऐलान है हुण अल्लाह आख्या ऐलान कर पाक रसूल आख्या मालिक जितने आखे ऐलान मैं ताबेदार मैं करन वास्ते तैयार हाँ पर ये जिहड़े मेरे नाल वधे ने इन्हां नूं तू ही जानना है मैं ही जानना इन्ना अलीयुन वलीउल्लाह कोई नहीं पचावना अगे ला इला इल्लल्लाह औखा मुहम्मद रसूलुल्लाह उस तू औखा अलीयुन वलीउल्लाह इन्ना कोई नू पचावना ए लड़ाई बनसी ए शिकार पौसी अल्लाह क्या घबरा नहीं मैं तेरे नाल आ मैं ही फजात करे सा तैनू छर तू बच्चे जेड़ा बोले तेरे अगू तेरे सामने मारे सा वाह 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 ये तेरा जिंदगी आ वाह वाह अली जिंदगी जींदा रहे जेनू अल्लाह के मैं तेरे नाल हां ओदी कह टरड़े ते तक पौंदी ही बिस्मिल्लाह अल्लाह के मैं तेरे नाल हां मैं ही फजात करे सा तैनू शर तू बच जेड़ा बोले तेरे अग तेरे सामने मारे सा जेड़ा जेड़ा ऐसे गल्ला
ਬਹਾਦਰੋ ਵਾਹ ਵਾਹ ਮਾਸ਼ਾਅੱਲਾ ਯਾ ਅਲੀ ਯਾ ਅਲੀ ਗਿਦਰਾ ਯਾ ਅਲੀ ਯਾ ਅਲੀ ਜਦੋਂ ਅੱਲਾ ਆਖਿਆ ਮੈਂ ਤੇਰੇ ਨਾਲ ਹਾਂ ਹੁਣ ਡਰ ਤਾਂ ਸਾਰੇ ਮੁੱਕ ਗਏ ਮੁੱਕ ਗਈ ਹਰਸ਼ਾ ਪਾਕ ਰਸੂਲ ਨੇ ਫੌਰਨ ਅੱਲਾ ਦੀ ਬਾਰਗਾਹ ਚ ਹਾਜ਼ਰ ਹੋ ਕੇ ਆਖਿਆ ਤੁਹਾਡਾ ਹੁਕਮ ਮਾਨੇ ਸਾ ਸੋਨਾ ਮਿੰਬਰ ਬਾਲੇ ਸਾ ਕਿਵੇਂ ਬਣਦਾ ਖਲੀਫਾ ਸਾਰੇ ਜਗ ਨੂੰ ਦਿਖਾ ਸਾ ਵਾਹ 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 ਤਵਜੋ ਕਰੇ ਸਰਕਾਰ ਮੁਹੰਮਦ ਮੁਸਤਫਾ ਪਰ ਫਰਮਾਉਂਦੇ ਨੇ ਮਾਲਿਕ ਤੁਹਾਡਾ ਹੁਕਮ ਮਾਨੇ ਸਾ ਸੋਨਾ ਮਿੰਬਰ ਬਾਲੇ ਸਾ ਕਿਵੇਂ ਬਣਦਾ ਖਲੀਫਾ ਸਾਰੇ ਜਗ ਨੂੰ ਦਿਖਾ ਸਾ ਮੇਰੇ ਲੱਭਾਂ ਉੱਤੇ ਅੱਲਾ ਦਾ ਕੁਰਾਨ ਹੋਵੇਗਾ ਮੇਰੇ ਲੱਭਾਂ ਉੱਤੇ ਅੱਲਾ ਦਾ ਕੁਰਾਨ ਹੋਵੇਗਾ ਓ ਮੇਰੇ ਹੱਥਾਂ ਤੇ ਚੰਨ ਇਮਰਾਨ ਹੋਵੇਗਾ ਓ ਮੇਰੇ ਹੱਥਾਂ ਤੇ ਚੰਨ ਇਮਰਾਨ ਹੋਵੇਗਾ ਮਨ ਕਨ ਤਾ ਮਾਲਾ ਹਿੰਮਤ ਮੇਰੀ ਹਿੰਮਤ ਹੈ ਅੱਜ ਚਾਰ ਦਿਨਾਂ ਤੋਂ ਮੇਰੀ ਤਬੀਅਤ ਬਹੁਤ ਖਰਾਬ ਆਈ ਅਤੇ ਅੱਜ ਕੱਲ੍ਹ ਦੋ ਘੰਟੇ ਮੈਂ ਐਮਰਜੈਂਸੀ 'ਚ ਰਿਹਾ ਅਤੇ ਹੁਣ ਮੈਂ ਫਿੱਟ ਹਾਂ ਮੈਨੂੰ ਪਤਾ ਹੈ ਮਜਲਿਸ ਮੇਰੇ ਬੇਟੇ ਕਰਾਈ ਹੈ ਅਤੇ ਮੈਂ ਠੀਕ ਹੋਇਆ ਕਰੋ ਤਾਂ ਬਿਲਕੁਲ ਤਵਜੋ ਕਰਨੀ ਹੈ ਮਜਲਸਾ ਬਹੁਤ ਸਾਰੀਆਂ ਅੱਜ ਮਸਲਾ ਇੱਕ ਮੇਰੇ ਨਾਲ ਬਣਿਆ ਹੋਈ ਇਮਰਾਨ ਦੋ ਹੋਏ ਨਾ ਬੇਟੇ ਦੋ ਹੋਏ ਇੱਕ ਇੱਥੋਂ ਵਾਲਾ ਬੇਟਾ ਬੁਰੇ ਵਾਲੇ ਵਾਲਾ ਕਿਤੇ ਗਏ ਇਹ ਬੈਠੇ ਨੇ ਠੀਕ ਹੈ ਨਾ ਅਤੇ ਸ਼ਾਗਿਰਦ ਪੁੱਤਰ ਹੁੰਦੇ ਨੇ ਇੱਕ ਬੇਟਾ ਮੇਰਾ ਉੱਥੇ ਸਰਗੋਦੇ ਜਿਹੜਾ ਪਹਿਲੇ ਤੇ ਹੁਣ ਉਸ ਆਖਿਆ ਉਸਤਾਦ ਜੀ ਅੱਬਾ ਜੀ ਮੇਰਾ ਇੱਕ ਦੋਸਤ ਹੈ ਅਤੇ ਉਸ ਮੈਨੂੰ ਜ਼ਿੰਦਗੀ ਦੀ ਪਹਿਲੀ ਮਹਿਲਾ ਸਾਖੀ ਇਹਦੇ ਕੋਲ ਹੀ ਪੜ੍ਹਨਾ ਮੈਂ ਟੰਗੇ ਹੋਇਆ ਮੈਂ ਪਤਾ ਨਾ ਜਿਵੇਂ ਮੈਂ ਆਖ ਹੁਣ ਜੀ ਉਹਨੂੰ ਛੁੜੇ ਨਾ ਤਾਂ ਦੋਵੇਂ ਇਮਰਾਨ ਇੱਕ ਉਦੂ ਅਤੇ ਇੱਕ ਇਦੂ ਮੈਂ ਸਵੇਰੇ ਸਵੇਰੇ ਉੱਥੇ ਹਾਜ਼ਰੀ ਲਵਾਈ ਅਤੇ ਵੱਧ ਇੱਥੇ ਤੁਹਾਨੂੰ ਪਤਾ ਮੈਂ ਇੱਥੇ ਬੈਠਾ ਮੈਂ ਬਿਲਕੁਲ ਦਮੀ ਨਾਲ ਬਾਹਾਂ ਅਤੇ ਹੁਣ ਪੜ੍ਹ ਕੇ ਵੰਜਾ ਜਿਹੜੀ ਥੋੜ੍ਹੀ ਜਿਹੀ ਲੇਟ ਹੋਈ ਉਸ ਵਜ੍ਹਾ ਤੋਂ ਹੋਈਏ ਹੁਣ ਮਨ ਕੁਨ ਤੋਂ ਮੌਲਾ ਦਾ ਐਲਾਨ ਹੋਇਆ ਮਨ ਕੁਨ ਤੋਂ ਮੌਲਾ ਫਾਜ਼ਾ ਅਲੀ ਮੌਲਾ ਜਿਸ ਦਾ ਮੈਂ ਮੌਲਾ ਜਿਸ ਦਾ ਮੈਂ ਸਰਦਾਰ ਉਸ ਦਾ ਅਲੀ ਸਰਦਾਰ ਜਿਸ ਦਾ ਮੈਂ ਆਕਾ ਉਹਦਾ ਅਲੀ ਆਕਾ ਓਏ ਆਕਾ ਦੇ ਹੁੰਦਿਆਂ ਚਲਾਕੀਆਂ ਨਹੀਂ ਕਰੀਦੀਆਂ ਯਾ ਮੇਰੇ ਅੱਲਾ ਇਹਨਾਂ ਨੂੰ ਗਦੀਰ ਸਮਝਣ ਦੀ ਤੌਫੀਕ ਅਤਾ ਫਰਮਾ ਜਦਾਂ ਗਦੀਰ ਇਹਨਾਂ ਦੀ ਸਮਝ ਚ ਆ ਗਿਆ ਸੁਣ ਲਿਓ ਉਹਨਾਂ ਨੂੰ ਬੰਦਿਆਂ ਚ ਆ ਕੇ ਪਰਾਂ ਸੱਟ ਦੇਣ ਐ ਪੈਰਾਂ ਵਾਹ ਵਾਹ ਅੱਲਾ ਆਖਿਆ ਅੱਜ ਦੀਨ ਮੁਕੰਮਲ ਹੋਏ ਅੱਜ ਨਿਮਤਾ ਤਮਾਮ ਬੰਦੇ ਟੁਰ ਪਏ ਤੇ ਮੌਲਾ ਅਲੀ ਦੇ ਹੱਥ ਚੁੰਮੇ ਬਖਨ 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 ਇੱਕ ਬੰਦਾ ਆਇਆ ਜਿਹਨੂੰ ਮੈਂ ਨਹੀਂ ਜਾਣਦਾ ਉਸ ਮੌਲਾ ਅਲੀ ਦੇ ਹੱਥ ਇੰਜ ਹੱਥ ਰੱਖ ਕੇ ਇੰਜ ਹੱਥ ਚੁੰਮ ਕੇ ਨਾ ਜਿਹਦਾ ਮੈਂ ਨਾਂ ਨਹੀਂ ਪਿਆਦਾ ਵਾਹ ਯਾ ਅਲੀ ਹੁਣ ਤੂੰ ਸਿਰੇ ਮੇਰਾ ਨਹੀਂ ਮੇਰੇ ਘਰ ਵਾਲਿਆਂ ਦਾ ਹੀ ਮੌਲਾ ਬਣ ਗਿਆ ਵਾਹ ਵਾਹ ਇੱਕ ਬੰਦੇ ਨੂੰ ਪਾ ਕੇ ਰਸੂਲ ਆਖਿਆ ਓਏ ਇਧਰ ਆ ਤੂੰ ਕੀ ਸਮਝਣਾ ਮੈਨੂੰ ਪਤਾ ਨਹੀਂ ਅੱਲਾ ਨੇ ਮੈਨੂੰ ਕਾਇਨਾਤ ਦਾ ਵੱਡਾ ਹਕੀਮ ਬਣਾਇਆ ਤੇਰੇ ਅੰਦਰ ਸ਼ਿਰਕ ਇੰਨਾ ਸਾਰਾ ਮੈਂ ਕੋਈ ਇਤਨਾ ਆਖੇ ਸਾਈਆਂ ਆਖਿਆ ਹੀ ਨਹੀਂ ਇੰਨਾ ਸਾਰਾ ਆਖਿਆ ਮੈਂ ਤੁਹਾਨੂੰ ਦੱਸ ਦਿੱਤਾ ਅੱਛਾ ਮੈਂ ਉਸ ਬੰਦੇ ਤੇ ਬੜਾ ਹੈਰਾਨ ਹਾਂ ਬਈ ਨਬੀਆਂ ਦੇ ਸੁਲਤਾਨ ਦੇ ਕੋਲ ਰਹਿ ਕੇ ਕਲਮਾ ਪੜ੍ਹ ਕੇ ਵਾਤੀ ਇੰਨੇ ਸਾਰੇ ਤੇ ਕਾਬੂ ਹੈ ਤਵਜੋ ਕਰਨੀ ਹੈ ਬੰਦੇ ਹੱਥ ਪੈਰ ਚੁੰਮਦੇ ਨੇ ਇੰਜ ਮੌਲਾ ਦੇ ਹੱਥ ਤੇ ਹੱਥ ਰੱਖ ਕੇ ਇਹ ਕੰਮ ਹੋਇਆ ਭਾਈ ਜਾਨ ਅੱਲਾ ਦੀ ਕਸਮ ਹੋਇਆ ਇਹ ਮੌਲਾ ਦੇ ਹੱਥ ਤੇ ਹੱਥ ਰੱਖਿਆ ਬੰਦੇ ਹੁਣ ਪਿੱਛੇ ਜੋ ਬੁਕਰ ਵੰਜਣ ਅੱਛਾ ਮੈਂ ਇਹਨਾਂ ਬੰਦਿਆਂ ਕੋਲ ਪੁੱਛਦਾ
جڑے اہل بیت نو گھٹاون دے چکر چن تے صحابہ نو ودھاون دے چکر چن اے میں سنی بھی را دی تقریر میرے کول ہے او زکھے انہاں تام مسلمان مریندے پین انہاں نو پلوتا اہل بیت دا لگا اے اہل بیت گھٹیندے پین صحابی آدن سانو لکھ دیو جو اسا تواڈے نوکر ہیں یہ کام پٹی ویندے جی او بھائی جویں صحابہ کرام آکھن انہیں تینوں ملنا پوسی وہ آدھے اسا نوکر ہیں تو آنا نہیں اہل بیت دے سردار ہیں اہل بیت ہو رہے صحابہ ہو رہے جی گھر والے ہو رہے دین گواہ دی محفل وچ بہن والے ہو رہے دین جی ہاں آہا گل آئیے آپ مزہ لے لیں دل وچے گل آئی تو بڑا مزہ من بھائی عمران شاہ من بڑا مزہ آئی میں پردا بیٹھا تے ایک بچی آئی مومنہ تے بڑی لیک آئی پنجوی کلاس دی سٹوڈنٹ آئی ہو تے او استاد او دے ذمہ لا کے نہ تے آپ وگ ونے کلاس ساری پہ انہاں نوں پڑھا تو تو پڑھا او وت آکھ ونے جی میں اے آکھے نا اے دی تسا مننی اے منی تے منی او ایک دن استاد آکھیا بھائی تسا جڑا نا اپنے اپنے ولی یعنی وارث لے کے آنے تے کل تو سامنے آیا اس کلاس فیلو آندا سویرے بچی نے بڑا غصہ ہے استاد تو اتنی لائق بچی میں آخیا تو وارث لایا میں اپنا تے کلاس فیلو نپ کے کر اس آخیا تو آگے آدھے نہیں جو یہ سب کچھ یہ ہوندے نہیں ہر حال چھوڑیے چھوڑیے اپنے مقصد تے آئیے شیر سناوا ایسا سناوا دل تھر ونجے ہن بندے آندے پین مولا علی دے ہاتھ چم دے پین چم کے جاندے پین نبی نے آدے جاندے نو کیڑی گل آکھی اے سارے کر لو جی ایتھے کر کے پین بھاویں سالا بھاویں سا جڑا توڑے گا زبان توجہ کرنی ہے سرکار پر فرمائیں دین سارے کر لو جی حال ایتھے کر کے پین مہان بھاویں سالا بھاویں سورا جڑا توڑے گا زبان اون دے دل وچ بسدا شیطان ہووے گا اون دے دل وچ بسدا شیطان ہووے گا او پکی گل او بندہ بے ایمان ہووے گا او پکی گل تبدیلی ممکن ہے معیار ضروری ہے تبدیلی ممکن ہے معیار ضروری ہے تبدیلی ممکن ہے معیار ضروری ہے تکڑا تھی بھائی ممکن ہے معیار ضروری ہے تبدیلی ممکن ہے معیار ضروری ہے کرسی پہ کم از کم مختار ضروری ہے جیو سلامت رہو آباد رہو ہاں حیدر حیدر کی للکا ضروری ہے ہاں حیدر حیدر کی للکا ضروری ہے کرسی پہ کم از کم مختار ضروری ہے اے میں اسا شیعہ کیوں سلائی دینے ہیں بنے نو اللہ دی قسم ہے ساڈے رنگا سیاںا گھٹو سی اسا مشورہ دیمن جوگے ہیں تے جے ساڈا مشورہ سن لیا او تا ساڈے نال کھلوتا نا پکا ٹھکا کیوں بندے آدن میں مہیلا سے نہ ونجا نکاح ٹوٹ ویسے بھئی چلو مولوی دی گل نہیں منن تے بیوی تا پیاری ہوس نہیں چاہی نکاح بھائی نن نکاح دا خطرہ پایو اے اودے ٹپے نہیں میں قرآن دی قسم ہے اگر اے جنہ دی مجلس ہوندی پئی نے اے نہ ہوندے تے نکاح دا رواج ہی ختم ہونا ہے اے پاکستان سشیاں بڑا ہے اللہ دی قسم ہے قید اعظم محمد علی جناح شیعہ ہر کم نے تے پیسے ہی شیعہ دے لگے جڑا بڑا ہے نا
وہ نہیں چاہتا جو یہ ختم ہو بنے اصا مریندے پے طاقت ہی سارے کول ہے لیکن چپ ہے اصا امن پسند ہے انشاءاللہ پاکستان سلامت رہے اصا منایا پیسے سارے لگے اصا یہ یاد ہے ان سارا بھی تو بالکل کھاؤ پیو آنند لٹو وکھیاں کٹ کے کھاؤ لیکن ساری آزاداری نو کچھ نہ آخو فیصل رضا آپ دی نو چھوڑ دیو وہ دئی ایڈا وڈا جرم کوئی نہیں جنہیں توہین کیتی انہوں نے کچھ نہیں آدے جی صلاح دیتی ہے ایک بندے دی شایا ہو تے خراب ہوندی پئی ہو تو آخر تے خراب نہ کر ہوئے پاکستان ساڈے اسا کونے نال لگے بیٹھے ہیں اسا چاہنے ہیں ہر دا بھلا تے ہر دی خیر ساڈا کی ہے کوئی کئی نو مننے کوئی جے نو مندا ہے مننے ودا سانو کچھ نہ کہ جنوں اسا مندے ہیں اسا ٹھیک ہے جنہاں نو او مندن منن ساڈی واسطے جے نو مننا نے منن ہن اسا چوکھے مار گتے ہیں جڑے یزید نو رضی اللہ تعالی عنہ تے سید نے ہاتھ کوڑے منہ والا آدھے نہیں کھلوتے شالا جدے یزید ونجے ہو دے یہ ونجے جدے ساڑھے پانچ بارہ چودہ ونجے ہو دے اسا شیعہ ونجے کیونکہ اسا انہ جیا تو ہور کئی نو سمجھیں دے ہی کوئی نہیں توجہ کرے مشورہ دیتا ہے سارے انو بھئی جڑے جڑے بہنا وزیر اعظم بنے یا صدر بنے آپ چلائیں ملک کہیں کہیں لے صلاح ساڑھے کو لائے لیں وہ چنگی ہو سی آسان ہے اگر ساڑھے مشورے تے تسا عمل کیتا نا پاکستان واس پہنسی ہونا سا انہوں نے کہنا مشورہ دیتا ہی ہوگو جا کے دشمن آلے بازے جو لڑے اور مات دے بھوکے جو شبیر کو ایسی زبان کو کاٹ دے بسم اللہ بسم اللہ سید یہ آئے یا علی یا علی بسم اللہ تو میرا بھائی اسا حدیثہ پڑھیئن او دے وچ اے حکم انین مالک دا 14 دا وی بھائی ظالم دا ساتھ نہ دیو جڑا ظالم دا ساتھ دے سی او ظالم ہی گنی سی جڑا ظالم دے ظلم تے چپ رہا سی او ہی ظالم جڑا کوڑے دی مدد کرے او ہی کوڑا کوڑ سن کے چپ کر ونجے منہ گھٹ ونجے او ہی کوڑا جڑا ظالم دا ساتھ دے وے ظالم لیڈر چنگا ہوئے نا تو قوم نو او دا ساتھ دیونا چاہی دا اگر چنگا لیڈر ہوئے سچا جے کوڑا لیڈر بنایا صدقہ پنجا بارا دا کوڑے دے نال ویشی سچے لیڈر بنایا ہو تو سچے دی گل مننی ہے اگر اے سچے عمران خان ہو رہی تو وقت قوم نو ساتھ دیونا چاہی دا ہے تے گل ساری جینے چکھنی چاہی دیو گل کریے قوم کو احساس ہو گر قائد کے احساس کا پارلیمنٹ پر ہو سایا پر جمع عباس کا جیو سلامت لو بسم اللہ زندگیہ ایک شہر ہور سنا ہونا ہے وجنا پار وٹ ملہنا شوق جنت دے دشمنی مولا علینا رانا پاکستان دشمنی زل جنانا یہ قید اعظم محمد علی جناح دے خاندان تو علاوہ کدائیں ہور دے جناح سنے نے کہیں نہیں این او جڑے بچ گئے انہاں غریباں نوں رلا دیتا نے او جے تن پاکستان بندے چنگے نہیں جڑے احسان فراموش ہوندے او دے خاندان جے پاکستان بنا کے دتے او دے خاندان نہ خیال رکھنا چاہی دے لیکن بندے نہیں خیال رکھ دے او غریب رلے ودے تو بہرحال قید اعظم دا احسان مندن تے ذوالجلال آدھن اتھے نہ ٹرے ساڈی گلی چ نہ لگے
उन्होंने मैं पाकिस्तान की तारीख पे सुने न ते गल पे आदा ये वतन घर कायदे आजम जना की भी कहा कायदे आजम मगर खुद जुल जना की भी कहा आबाद सलामत रहो बस बस फजाइल इतना काफी मेरे अजीजा भाइया ने बड़े बड़े फजाइल पढ़ने जितने ताई जितनी देर का मैं आ बैठा बैठा रहा बड़ी सोहनिया मजलसा तुसा सुनिए फजाइल मैं साहब सोना हुण है आखिरी पुरसा मैं सैयद भी हाँ ते मेरे सरदार ते बादशाह दा नाम जिंदा मैं नौकरा उंदा नाम है अली अकबर ते हुण जनाजा उंदा बरामद होने शबी आसी जनाजा आसी ताबूत आसी अली अकबर दा मैं कोशिश करदा तुहानू एक ऐसी सतर सुनावा क्योंकि हुण इसलिए ये मजलिस सुन के ते तुसा घर वञणे मैं दुआ करदा इंशाल्लाह तुहाडे घर वसदे रहन मालिक तुहानू खरीयत नाल घर पहुंचावे अली अकबर दी जवानी दा सदका तुहाडे जवान जींदे रहन इंशाल्लाह ओ कोई तकलीफ ना वेखन ए हाई मेरी दुआ जितने मोमिनीन मोमिनात इस दुनिया तो टुर गए मालिक सारिया दे दर्जात बुलंद फरमा पढ़ा सतर सुन दे हूं तो ताबूत जनाजा जो बरामद होना तो मैं पढ़ना पौधे मैं दो गल्लां तो दस लई जदों शहजादे की शहादत पढ़ी हुई दी ना इंदिया हैं दो अमड़ियां दो पाक मावां फुफी पाले एक इन्हां दी पाक अम्मे जिंदी गोद च तशरीफ गिरना है मैं यकीन नाल तुहानू आदा खड़ा जदों अली अकबर की शहादत पढ़ी वजे ये दोवें सैनी परदे दे अंदर आ वजे मेरा यकीन ना होंदा मैं तेरे सामने कदी गल ना करा और हर आजादार दा चेहरा सैनी दे दियन कौन दुखी बन के सुनदा पे कहनू कितना दर्द है जदा कोई गाफिल हो पाते अता करन वाली मां तलिए टेक के उठती है ते ठड्डा साहब वर्गा दी मुकानी ते मेरा अकबर डिठा जो कोई ना बीबी आदि मेरा ओ सोना पुत्र जड़ा खेमे टुरे आई ते बीबी पत्थर नाल मातम कीता ही बुरे आले दे गैरतमंद दादार पुछदा ए गल जेंदे टुरन नाल पत्थर दा मातम होया ही मैं तुसा दसो ओ वेला की हो जिया होसी जदा जदा बुढ़े पियो उस पुत्र दी लाश चाह के खेमे आंदी होसी कयामत का मंजर होने बिस्मिल्ला बिस्मिल्ला कयामत की घड़ी होनी सारे संभल के सुन सो इतना सोना हाई अली अकबर आज तक जवानी इन हाथ मले दी अकबर तू हटावे आ अकबर तू हटावे आ मेरे रले जेनी तौर पर करबला पहुंचना इतने ढेर जवार ऐसे बैठे जेडे करबला मेरे रले हैं खेमे तो दूर लथा है ना खेमे तो दूर लथा है अली अकबर ते शाला कल्ले प्यू नू जवान पुत्र दी लाश इतनी दूर न चावनी पवे जदों मसैब हो सी ना उस वेले झोली दराज करके दुआ अपनी मंग लवे इंशाल्लाह बीमार है तो शिफा मिल सी बे औलाद है तो औलाद मिल सी बे रिज्क तो रिज्क मिल सी ज़ियारात वास्ते सिकदा तो ज़ियारात हो सी इंशाल्लाह मालिक तुहानू अपनी अमान च रखे अली अकबर वो जवान है जिन्हू मौत रुनी अली अकबर वो जवान है जिन्हू मलकल मौत रुना थोड़ा होर तारुफ ए अली अकबर पूरी सूरत हाई तस्वीर हाई पाक मुहम्मद दी जड़े आज नहीं शबीद हया करे दे उन्हें करबला क्या करना अली अकबर बोलदा ही पाक मुहम्मद वांग और अली अकबर बांधे भी उन्हें
علی اکبر ٹردے بھی انجے ہیں تے پھر کربلا تے پوشاک ہی پوری ہوا ہائی پتہ نہیں کیوں نہیں حیا کیتا جے نبی دے سامنے بہ کے نہیں منی تے کاغذ قلم نہیں دیتا او شہید حیا قدر کرن او مسلمان سمجھ اسا چنگے بندے دے دشمن نہیں قرآن گواہی سانو او بندہ نہیں چنگا لگتا جڑا نبی نال دھوکا کرے جڑا نبی دا تابے دار ہے اسا شیعہ او دے تابے دار ہے تو پڑھ تاریخ متا کہیں دشمن نو منی ودا ہوئے کہیں دا میار ہے تا پاک محمد دی وجہ تو اسا سیدہ دی عزت ہے تا پاک محمد دی وجہ تو ہے صحابی دی عزت ہے تا پاک محمد دی وجہ تو ہے جن دے تے او بھی ناراض ہوئے اس تیری میری مدد کیا کرنی حق پہچانن دی کوشش کر کتنے مارے نے شیعہ اسا کوئی شہدہ نو چھوڑ سکے نسل ہم مکا دیتی ہیں نہ ظالمہ شیعہ دیا این ماما دے دے دیا پوتر مارے نے کتنے مریندے پہن بھیڑا بھیراما دا خون دے دیا کھڑی ہیں دیا دے کھڑی ہیں لبیک یا حسین لبیک یا حسین ماما پتران دے خون دے دیا کھڑی ہیں لبیک یا حسین بام پھٹ دے پہن لاشا پہین مومن کھڑے آدھے لبیک یا حسین وات بھی تین سمجھ نہیں لگی یہ کیا ہے ایسا کوئی موت تو ڈر دے حق کے موت آونی لیکن نبی دا گھرانہ ساڑے کل نہیں چھوٹ سکدا ایسا انہاں دے تکلیفہ جدو ہیں او دا رونے انہاں دے خوشیاں کرنی ہیں اللہ اکبر کتاب دا نا ہے مدینہ سے مدینہ تک یہ دے بھی جو میں پڑھے جو علی اکبر نو ماران اللہ ہیک نائی ترائے آن ٹھیک ہے یہ ترائے لئینا انہا دھوکے نال ایک نیزہ اتھے ایک لگائے اتھے ایک نیزہ تو ان سنائے یہ جدو نیزے لگے نا علی اکبر آپ نہیں جھنے ایک پاس تلوار ایک پاس دستار جھنی ہے تے آپ گھوڑے دے گالچ انج بھائی پالین تے اپنے گھوڑے نوا دن خیمے گھنو انج میرا پیو بڑ رہی شالا بڑ رہے پیو نو جوان پتر دی لاش نہ چامنی پوے بسم اللہ بسم اللہ بسم اللہ شالا تسا اپنے دکھا جنا رو شالا تسا بس دے رہو علی اکبر دے نو کر دی دعا انے سنے مسائب اللہ اکبر اللہ اکبر میں نو خیمے لائے بنجے لیکن دور ہے اے بھائی نگاہ خان بیٹھن بھائی عمران شاہ اسرار شاگرد اتترائے میرے نال بیٹھن جڑے اسرار اللہ سے کربلا اور بھی بندے بیٹھے اسے زیادہ جتھے علی اکبر جھنے اتھو مقتل تائیں پتر دی لاز چاونی کا شوقی ہے علی اکبر دے گھوڑے دی مجبوری بڑھئیے آوے خیمے ہا لیکن او دا رخ پچھے مڑ گئے کئی مجبوری بڑھئیے اے پڑھئیے کتاب وقت بھی احتیاط پہ کرے نا میں دوے سخت مسائب نہیں پڑھ سکدا میں او پڑھ سا کئی بادشاہ کل پوچھ کے کہ واقعہ انج ہوئے وہ میں نہیں اتنے تائی پر اے نہیں جو میں ہونوی میری گٹی اچھ کتابیں ڈھیر ساری ہیں میں پڑھا دا بڑا شوق میں پڑھ دا لیکن میرے کلو وہ مسائب بیان نہیں ہو سکتے جڑے کتابیں چھ لکھے پہن بس میں پھر چند مضمون ہیں جڑے میں متواتر پڑھ دا اے میری مجبوری ہے معاف کر دے میں ایو کچھ پڑھ سکتا اچھا علی اکبر دے باہاں انہیں گھوڑے دے گالے چاہے اچھا انج بندہ جھکوئے ہوئے وقت ان دی کانڈ خالی ہو دیئے نا قرآن دی قسمے کتاب والے لکھے پشت خالی دے کہ اتنیاں تلواراں ماریاں کفیاں تے شامیاں
ٹکڑے اڈن لگ گئے علی اکبر دی باوا چھٹن لگ گئی ہیں حکل مار کے دا بابا میں لہدا پیا تپے تو جھنے سید اکبر میں بھی جی بسم اللہ تہاڈے ہاتھ سلامت رہے اے پرسا ماتم سیٹ تہاڈا قبول فرماوے ہر کئی کول تسا سنے تے علی اکبر دیا پتر دین تو جھن پوے تے پیو جھن پوے تے اے ایڈی وڈی گل کائی نہیں بھاویں تے صابرا دا سلطان آئی کتاباں دسیا جو سید جھنے تے لکھیا پیا این ٹرن لکھیا پیا بھائی جان میں کوئی ہٹا سکتا ہوں انہاں کتاباں تو تے اے منظر ڈٹھا ہے آدھی بھائی وال اس پردے دارن واقعہ برکے پائے اکبر لہ گیا فرمایا کہیں دسیا فرمایا میں حسین دی ٹور دسے دیئے میرا اکبر لہ گئے بھینی دی آواز سن کے سید ابالا ٹرے بھین دیکھے میں درتے ہیں فرمایا نے آلیا تو سب باہر نہیں آونا تو آڈا پردہ حسین نو بہو پیار ہے بھاوے میرا لک اکبر کو سنیے یہ بھی ادی باہر نہیں آندی انج کیوں ٹردا ہے یہ جویں ٹردا ودے اے میں کوئی دیکھ سکدی ہاں سیدہ دا معافی نہ ٹر سائن پتر کل پوچھنا اس کیوں آکھیا میں لاندا پیا تے جو 18 سال پالے او آکھے میں لاندا پیا میں کیویں ٹراں ہن بس سیدھا ٹر سا تیرا پردہ من زیادہ پیارا ہے تو سب باہر نہ ہو بی بی فرمایا بس ایک وعدہ کرو پھر ٹر جاؤ ایک واری مینوں اکبر جیندہ ملے سو سیدہ دے اس شرط کیوں ہے بی بی ادی پلین دی ہم تے پوچھ دی ہم کیا دے سے آدھے ڈاڈی وانگو تیرا جنازہ آدھ رات نو چیسا پوچھنی تے ایک گلے تو جو ٹر گئے میرا جنازہ کہے چاملے صدقے جوانی مانے ماتم کرن والے ماتم کرن والے سینٹ تہاڈا ماتم قبول فرماوے جویں میں منظر پہ دے دا لگدا اینے اے دیواراں ہی روسن حسین بادشاہ دے سونے علی اکبر نو منظر ایسا بن چکے پتہ نہیں کیڑے کیڑے بادشاہ دی آمد ہو چکی ہے انہیں پوری منظور کی تھی تے اے منظر بن گئے بہت عجیب منظر ہے نظر آویں لگ گئے ہن اگاں کیویں ٹرے اگے ٹرے نو انج نہیں ٹرے جویں پچھو آیا اے خیمے تو اگاں بھیڑی نال وعدہ کیتا جیندا ملے سا ہون ٹرن بس پھر میں آخ دیتا ہے ٹر پہ ہون بھی میں آخ دیتا جو ٹرے قدم ہن قدم قدمان دے فاصلے تھے امام نے تقریباً اتنا یہ جتھے علم پاکے نا اتنا دور اس تو تھوڑا جی زیادہ امام نے پتر نو ڈٹھا ہے اے دو ویہا سینے تھے ایڑیاں زمین تھے رگڑے ہیں لیکے پہ بردن اے سار کدی سجے کدی کھبے خون و خون علی اکبر ایک نقشہ بنا دے انہیں خون بھی ہے دھوڑ بھی ہے اتھے اتنے فاصلے تھے امام نے دعا دے ہاتھ چاہیے مالک گواہ راویں یہی تا میرے نانے دی شبیہ آئی میں انہوں دے دھام تے میں اپنا نانا محمد دی سید آئی وہ بھی تیرے رات دے چھوڑے امت نانے دی ظلم کی تائی میرا سونا اکبر انہاں مار دیتے وہ تڑپ دا پیے لیکن میں عشق کیتا تیرے نال دسا اگا ونیا جائی تو واپس گئے میں واللہ غیب تو آئی واہ آواز آئی واہ حسین صابرا دا سلطان حسین پتر سمجھ کے نہیں ویندا شہید سمجھ کے ون اکبر نو برچی کھا گئی اے اگلے قدم میں نہیں دس سکدا کہ ایک پیو پتر دے اتے کتنا جلدی پہنچے جے پتر نو خون و خون ڈٹھے خون ایک تردہ ڈٹھے اے سید ایتھے ابالا ٹورن اے علی اکبر دا پاک سارے ایتھے امام نے آکے مٹی تو پتر دا سار چاکے نا اے اس زانو دے راکے اپنی ابا نال علی اکبر دے چہرے تو دھوڑ صاف کی دی موچ میں آ اکبر بڑھے پیو دا سلام اے سجا ہاتھ علی اکبر متھے دلائے بابا میرے سلام
अखा खुलियां ते सामने पियो दा चेहरा ही बाबा झड़िया मैं धूल तुहाडे चेहरे ते क्यों है सैया दादा तू एक बारी झड़िया मैं कई बारी झड़िया बिस्मिल्लाह 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 सैयद बिस्मिल्लाह ना करा जवानी माने ओ सैयदा राजी होवे ओ अली अकबर दा मातमी अली अकबर दा दादार सैयदा दा तू एक वारी झड़िया मैं कई वारी झड़िया अली अकबर दे बाबा तुहाडे चेहरे ते धूड़े थोड़ा जिहा सर झिका करो मैं धूल साफ करे ना इमाम फरमाइंदे अकबर एक गल दसा ए आज पहली दफा ते मैनू हिक्कत नाल सलाम दिता है अगे तू सलाम दा जवाब दुआ हथा दे नाल ले नो आज एक हाथ नाल क्यों बाबा दुए हाथ ले ओ शाय जड़ी बुढ़ा पियो नहीं देख सकदा सैयद दे हाथ जा मैं इमाम मैनू दसा जे परची मारिए कदी नहीं बाबा तेरी कसम जान के भने दे रहन क्यों अकबर उना दी औलाद कोई नहीं बाबा ओचा दे हैं हुसैन आप जिगर चुनेदा कदे अगर बर्ची कर ले तो मन ने साबर है ना कर सके ते अगने साबर नहीं बिस्मिल्लाह 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 आ गए साडे वारिस मजलिस दे विच मुकान झलन वास्ते तुहाडे साडे वारिस मौजूद हैं अल्लाहु अकबर अल्लाहु अकबर ए इमाम ने आस्तीना उल्टिया या हुसैन ए है अली अकबर ए है अली अकबर दा जिगर ते इतना सारा नेजा बाहर है इतना 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 ए इमाम ने पुत्र दे सजे पास दो जमीन ते ठीके नादेली पर के पक्षी थक पे इमाम ने पक्षी नु हले के दाद हल गई है अली अकबर दो में हाथ पियो दी दाढ़ी ते लैन बाबा ए पक्षी नहीं निकलदी सैयदा दा क्यों नहीं निकलदी अली अकबर दा बाबा ने जदे त्राए मुंह वेन बाबा कुंडिया मुड़िया होई हैं एक कुंडी में दे जिगर जदो फसलिया नाल फस गई हैं जिन्ना मातम करने जरे मातमी बैठो सैयदा दा कीवे कढ़ा अली अकबर दा बाबा सज्जा जानू मेरी छाती ते रख ले सैयदा दा तनी सला तू सदके लाओ मैं अगली सतर बना औखी है सतर मैं एक कोई जानू करदा एक आले दीन ने मेनू आके शादी एक नहीं इमाम ने दो में जानू सजो खबर बहुत अली अकबर है ते सीने दुते दो में जानू पियो रखे इन बच्चे छत पाए कि मैं सुन से लफ्ज पे पढ़दा कि मैं बर्दाश्त करे से इमाम ने बच्चे छत पाए अजे हलाया ना अली अकबर की अखी बंद हो गई बाबे जो साहब रदा सुल्तान आई बच्ची छुट गई मुंह जब क्या दिन अखी बंद लगा मरिया मेरा दरवाजे ते खड़ी है मैं जीदा मिला उन्हें मैं वादा की थे अगर मैं तेनु जिंदा ना खिंच गया मरिया भेड़ा मर वैसन जेरे 18 साल दे जवान बच्चो सच्चा के सुने इमाम दी झोली एक पुत्र तड़पिया है मदीने
تساون وعدہ کیتا ہے میں 18 رجب نو کیتا ہے پہلے میری بھیڑ ملا وقت تیریا بھیڑا نو مل سیدا دے کھ میرا سونا بچڑا علی اکبر دا بابا مدینہ آ گیا اے سارے گھر دے دارن تالے لگے کوئی ایک دروازہ کھلا نہیں بابا نانے در اللہ پیال دے بابا ایتھے میری بھیڑ گائی نہیں سیدہ دے ہونوے علی اکبر دے ہو جا گئی ہے جتھے پیرے لوایا ہے سیدہ دے دے کیا نظر دے آدھے داڈی دھوپے قدمہ دے نشانہ دے مو رکھے ہوئے رو رو کے آدھے دے دے ناکش قدم دے میٹ گئے ویرنے میری آنکھیں لے سامان اجو ویتی اسا دے پڑھیے بھائی بس ہے زندگی دی تاہم لہا کے حوصلہ نال حوصلہ نال سن میرے وارث ساری نوکری قبول فرمائے سو علی اکبر دا بابا ہاتھ ہٹا لیو میں اپنے بھیڑ نو مل لے ہن تواڈی بھیڑا نو مل رہے آپ پہ ہاتھ پیر سیدھے کیتے ہاں بابا بچی تھائی میدان اچ کرنی جو قاتل نو پتہ لگے حسین کون ہے تے اکبر کون ہے بابا میں ہاتھ پیر سیدھے کر لیں بابا میرے ہاتھ پیر آزاد ہیں رسی کائی نہیں تے تیری قسم ہے بابا نہ اوف کرے سا نہ ہاتھ چل سی نہ پیر چل سی سیدہ اکبر میں تیڑا ہی پیو ہوں میری ماں بتول ہے میں تیڑے جگر تے نظر رکھسا حسین میرا ہاتھ نہ کم سی بابا ایک عرض ہے اس بچی نکلن تو بعد میں بچنا کوئی نہیں اے فرمایو کوئی دیکھن آئے سیدہ دے آدم تو گھن کے نانے تے سارے نبی ایتی بیتے آگئے بابا دادے ابراہیم نو آکھو اتھے پاس نہ لاوے دادا اسماعیل اتھے آ اتھے نال دادی حاضر ہوئے تے سارے نبی انو اکھو او اگا آ ونے بابا میری اماں نو اکھو اوہی خیمے دے دار تے آ ونے اج بندے نو پتہ لگے زمانے نو حسین کیا ہے اکبر کیا ہے سائی کدی نے سطر پڑا بھائی سارے آ گئے علی اکبر دا بابا ہن بچے جھت پا اے نادے علی پڑھ کے امام نے برشی جھت پہ نعرہ تکبیر بلند کی دے اللہ اکبر پورے پاکستان دا مجمع قرآن جوا کلی برشی نہیں دیگر نال لگے نبی کن کر کے ٹر پہن آدن اللہ تو جان حسین جانے تو جان اکبر جانے بسم اللہ اور چھبی تو گھننا ہوئے میں ایک سطر پڑھا دے اس دوبار چھبی سطر ایک نقشہ پڑھا ہوئے علی اکبر دادا کرا ایک بچی نکلی ہے نا ایک خون دا پرنالا اتو شروع ہے امام نے جلدی ڈنال ایک کپڑا انہی بڑھائے انہی بڑھا کے نا اے حصہ علی اکبر دے زخمیں دیتے ہیں خون بند کیتے ہیں ایک منظر دیکھیں خود میرے امام نے اینسی نہ رکھے سیادہ دے میں نے گلت بائی با میں تیڑا بڑھڑا پیوں علی اکبر دو میں باما پیوں دے گلت بائیین سیاد جنادہ چاکھ ٹھر پہ ہے اے علی اکبر دا جنادہ آگئے خیمے دے کولا ہے سیاد جتھے علی اکبر دے چیرے جلدی دے نال خیمے والے پاسے اشارہ کر کے دینو جنہ ملنا